हाल ठीक हो तभी ऐसे ठीक है। मैं मोहम्मद अशफाक, मेरा यूट्यूब चैनल अशफाक ब्लॉग, अल्लाह के फजल करम ब्लॉग कराने स्टार्ट। तो आज सारी अपनी मोटरसाइकिल का नुकसान थी गए, तो असा अज आए पैसे तो सुबह सुबह दुकान पर तो लगे वटा, तो इस साइड तेरे दे पास तो बिल्कुल रिम टेढ़ा थी गए, तो ये भी रिम टेढ़ा था, तो तक बाइक साइड अगला भी रिम दिखे ने हैं। ये बाइक साइड के उत्ते देखो ये साइड के रिम सारा डिंगा थी गए वटा लगे, तो हाला जाने पता नहीं किमें जल्दी है चाहते पैसे दुकान पर, तो ये काफ़ी सारा नुकसान थी गए। तो फ्रंट पर भी अस जिस टाइम दुकान पर पहुंचे हैं तो असा डिठे, तो ये साइड पर भी ये देखो इंदा भी नुकसान थी गए, मतलब ये कोई ऐसी जगह खड्डे पर लगी है मोटरसाइकिल, तो इतना बड़ा सारा नुकसान थी गए। तो हूँ अस रिम खुलवेंदे पाए, तो हूँ वाला वन के रिम मुरम्मत करवे ने, तो ये यका तक हूँ इंदा व्यू दिखाए से, तो वाला अस 72 चक वे, तो शगिर्द मेरा टायर शायर खुलेंदा पाए, ये टायर खोल गए वाला अस टायर लुए चाहे सुथा वन के फिट करे सो, ये मेरे मसाद की मोटरसाइकिल एक खड़ी है स्टार्ट, तो ये भी एक क्रीमा का डीजल शीजल भरा कि डीजल किमें दीते ने कोई महंगा था 148 रिम शिम खाली थी गए, पिछला असं कर किए तो वाला अगला रिम खाली कराने हैं, तो ये असा वन के सीधा कराने हैं। ये देखो हूँ देखो खाली थी अब रिम, तो काफ़ी सारा ही नुकसान थी गया, नवा रिम भाई न्यू असं का पाता ही कुछ अरसा पहले, तो इन बहुत सारा नुकसान थी गया, तो अल्लाह रिम बगैर रेरी तो साधन को हूँ सीधा करें बहन, तो साधन की दुकान है साइकिलों का काम करें, तो पंचर चक नंबर 172 चक दे रिम सीधा करना बड़ा डीघा थी गया सर लक्कड़ दे थोड़े ना। चाबी तारा बगैर सही कर हेलो हेलो वालेकुम सलाम, ठीक ठाक तू सुना, फिट फाट ला शुक्र है, ठीक ठाक तू सुना, फिट फाट तू सुना, हुक्म कर क्या मसला है। मैं रिम सीधा कराने गया था, मैं रिम डिंगा थी गया मोटरसाइकिल का, रिम सीधा कराने गया था मोटरसाइकिल का रिम डिंगा थी गया जी, हाँ करें हूँ गया बेटा सो शाकर को, हाँ तो
ਕਹਿੰਦੇ ਕੋਲ ਪੀਰ ਜੱਗੀ ਤਾਂ ਕਹਿ ਨਹੀਂ ਉੱਥਾਂ ਆਉਂਦੇ ਨੇ ਗਊਆਂ ਵਾਲੇ ਆਰੇ ਵਗੈਰਾ ਤੇ ਉੱਡੇ ਹਾਂ ਉੱਥਾਂ ਹੋ ਸਨ ਨਵੀਂ ਗਿਆ ਨਿੱਕੀ ਵਾਰੀ ਬਾਤ ਪੁਰਾਣੀ ਦੇ ਮਤਾਂ ਜੀਆਂ ਪਾਉਣਾ ਇੱਕ ਤਾਰ ਟੁੱਟ ਗਈ ਸੰਸਥਾ ਦੇਣੀ ਨਵੀਂ ਪੈਣੇ ਪਾਣੀ ਨੇ ਤਾਂ ਮਾਸ਼ਾਅੱਲਾ ਲੱਕੜ ਦਾ ਕੰਮ ਕਰਨ ਦਰਵਾਜ਼ੇ ਵਗੈਰਾ ਬਣੇ ਮੈਨੂੰ ਤਾਂ ਉਹ ਵੀ ਲੱਗੇ ਮਨ ਕਰ ਸਾਡਾ ਰਮ ਸ਼ਮ ਦਾ ਹੁਣ ਬਿਲਕੁਲ ਠੀਕ ਹੈ ਕਲੀਅਰ ਤਾਂ ਹੁਣ ਵੀ ਜਲ ਕੇ ਵੀ ਇਹਦੇ ਵਿੱਚ ਫਿੱਟ ਕਰੇ ਨੇ ਮਾਸ਼ਾਅੱਲਾ ਬਿਲਕੁਲ ਕਲੀਅਰ ਚੱਲਦਾ ਪਿਆ ਹੁਣ ਬਿਲਕੁਲ ਉਸਤਾਦ ਨੇ ਹੁਣ ਕਲੀਅਰ ਕਰ ਦਿੱਤੇ ਤਾਂ ਅੱਗੇ ਡੈਂਟ ਵਗੈਰਾ ਸੀ ਤਾਂ ਹੁਣ ਡੈਂਟ ਸ਼ੰਟ ਬਿਲਕੁਲ ਕਲੀਅਰ ਠੀਕ ਹੈ ਕਿੱਥੋਂ ਹੁਣ ਡੈਂਟ ਸ਼ੰਟ ਕੋਈ ਨਹੀਂ ਇਹਦੇ ਪਿਆ ਤਾਂ ਇਹ ਦੇਖੋ ਤੱਲੇ ਕੈਮਰੇ ਕੋਲ ਇਤਨਾ ਸ਼ਰਮਾਉਂਦੇ ਜੋ ਮੂੰਹ ਤੱਲੇ ਸੱਟੀ ਪਏ ਉੱਤੇ ਤਾਂ ਦੇਖ ਤਾਂ ਇਹ ਦੇਖ ਬੱਬਲ ਦਰਜ਼ੀ ਸਿੱਧਾ ਨਾਂ ਕਿਆ ਤਰ ਦਸਾਵੀਂ ਦਸਾ ਯਾਰ ਨਾ ਯਾਰ ਇਹ ਖਿਲ ਤੇਰਾ ਨਾਂ ਕਿਆ ਯਾਰ ਇਹ ਵੀ ਹੈ ਛੋਟਾ ਦਰਜ਼ੀ ਹੈ ਇਹ ਸੀਨੀਅਰ ਉਸਤਾਦ ਹੈ ਇਹ ਉਹਦੇ ਤੋਂ ਛੋਟਾ ਉਸਤਾਦ ਹੈ ਤਾਂ ਇਹ ਮੇਰੇ ਚਾਚੇ ਦੀ ਦੁਕਾਨ ਹੈ ਪਈ ਦਰਜ਼ੇ ਦੀ ਤਾਂ ਮੈਂ ਰਿਮ ਸ਼ਿਮ ਫਿੱਟ ਕਰਾ ਕੇ ਆਇਆ ਤਾਂ ਮੈਂ ਕੱਪੜੇ ਹੀ ਨੇ ਕੋਈ ਦਿੱਤੇ ਹਨ ਇਹ ਵਾਲਾ ਸੂਟ ਇਹ ਕੱਪੜੇ ਮੇਰੇ ਸੀਨੇ ਪੈਣ ਹਾਲੀ ਡਿੱਗੀ ਕਿੱਦੀ ਬੜੇ ਦੇਖੋ ਇਹ ਕੱਪੜੇ ਕਮੈਂਟ ਦੱਸਿਆ ਕਿ ਵਾਕਿਆ ਕੱਪੜੇ ਠੀਕ ਹੈ ਨਹੀਂ ਆ ਕਹਿ ਨਾ ਕਲਰ ਸਹੀ ਹੈ ਜਾਂ ਕਹਿ ਨਾ ਸਾਧ ਖਿਲਦੇ ਨਹੀਂ ਯਾਰ ਮੈਂ ਕੋਈ ਬਿਲਕੁਲ ਤਾਂ ਵੀ ਆਈ ਪੀ ਕਰ ਗਏ ਸੀ ਮੈਂ ਕਿਉਂ ਆਈ ਯਾਰ ਕੈਮਰੇ ਕੋਲ ਤਾਂ ਉਹ ਸਹੀ ਸਹੀ ਨਾ ਕੋਈ ਇਸਤਰੀ ਮਿਸਤਰੀ ਸਹੀ ਕਰਕੇ ਕਰ ਲੈ ਠੀਕ ਹੈ ਵੀਡੀਓ ਤੇਰੀ ਨਹੀਂ ਤਾਂ ਬਣਦੀ ਪਈ ਹੈ ਅਗਰ ਕੰਮ ਤਾਂ ਖਰਾਬ ਕੀਤਾ ਤਾਂ ਮੈਂ ਵੀਡੀਓ ਵੀਵਰਾਂ ਕੋਲ ਖਾ ਰਿਹਾ ਸੀ ਕਿ ਵੀ ਯਾਰ ਇਹਨਾਂ ਮੇਰੇ ਕੱਪੜੇ ਸਹੀ ਨਹੀਂ ਸੀ ਤੇ ਕੱਪੜੇ ਸੀ ਵੀ ਏ ਪੀ ਓ ਸੀ ਤੇ ਵਸਨ ਕਹਿ ਨਾ ਠੀਕ ਹੈ ਇਹਨਾਂ ਲਈ ਅਸਾਂ ਰਿਮ ਸ਼ਿਮ ਫਿੱਟ ਕਰਾ ਕੇ ਤਾਂ ਰੱਖ ਦਿੱਤੇ ਗਹਿਣਾ ਹੈ ਤਾਂ ਹੁਣ ਫਿੱਟ ਕਰਨ ਦੇ ਸੇ ਤਾਂ ਵਾਲਾ ਤਾਂ ਵੀਲ ਫੇਰ ਕੇ ਲਿਖੇ ਸੁਣ ਕੇ ਵਾਕਿਆ ਸਿੱਧਾ ਠੀਕ ਹੈ ਜਾਂ ਕਹਿਣਾ ਤਾਂ ਕਮੈਂਟ ਲਾਜ਼ਮੀ ਸਾਕੂ ਦੱਸੇ ਸੋ ਕਿ ਸਹੀ ਹੈ ਜਾਂ ਕਹਿਣਾ ਤਾਂ ਫਾਈਨਲੀ ਅਸਾਂ ਇਹਨਾਂ ਦੇ ਰਿਮ ਦੇ ਉੱਤੇ ਪੈਰ ਚੜ੍ਹੇ ਪਏ ਤਾਂ ਅਸਾਂ ਰਿਮ ਸ਼ਿਮ ਕੰਪਲੀਟ ਕਰਵਾਇਆ ਹੈ ਉੱਥੋਂ ਬਸਤਰ ਚੱਕ ਕੇ ਚੋ ਤਾਂ ਹੁਣ ਅਸਾਂ ਇਹਦੇ ਟੂਲ ਵਗੈਰਾ ਫਿੱਟ ਕਰਨੇ ਹੈ ਭਾਵੇਂ ਕਲੀਅਰ ਥੀ ਚੁੱਕੇ ਜੇ ਕੋਈ ਅਸਾਂ ਸਿੱਧਾ ਸਿੱਧਾ ਕਰਾਇਆ ਹੈ ਡੈਂਟ ਵਗੈਰਾ ਇਹਦਾ ਨਿਕਲ ਗਏ ਤਾਂ ਅਸੀਂ ਕੋਈ ਫਿੱਟ ਕਰ ਦਿੱਤੇ ਮੋਟਰਸਾਈਕਲ ਦੇ ਵਿੱਚ ਤਾਂ ਇਹ ਬਿਲਕੁਲ ਕਲੀਅਰ ਥੀ ਗਏ ਤਾਂ ਇਸ ਸਾਈਡ ਦੇ ਉੱਤੇ ਬਈ ਮੋਟਰਸਾਈਕਲ ਖੁੱਲੀ ਪਈ ਹੈ ਉਹ ਫਿੱਟ ਕਰੇ ਸੋ ਤਾਂ ਪੂਰਾ ਵਿਊ ਲਿਖੇ ਸੋ ਤਾਂ ਇੱਥੇ ਹੀ ਵੀਡੀਓ ਤੱਕ ਰਹਿਣਾ ਐਂਡ ਅਗਰ ਸਾਰੀ ਵੀਡੀਓ ਤੱਕ ਪਸੰਦ ਹੈ ਸਾਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਾਏ ਔਰ ਲਾਈਕ ਕਰਾਏ ਔਰ ਕਮੈਂਟਸ ਕਰੇ ਸੋ ਤਾਂ ਇਨਸ਼ਾਅੱਲਾ ਨਵੀਂ ਵੀਡੀਓ ਨਾਲ ਮਿਲਸੋ ਤਾਂ ਤੱਕ ਲਈ ਅੱਲਾ ਹਾਫਿਜ਼ ਬਿਲਕੁਲ ਕਲੀਅਰ ਡੈਂਟ ਸ਼ੰਟ ਸਾਰਾ ਕੁਝ ਇਹਨਾਂ ਡੈਂਟ ਸ਼ੰਟ ਨਿਕਲ ਗਿਆ ਹੁਣ